ਅਸਲਾਮ ਵਾਲੇਕੁਮ ਜੀ ਐਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੌਸ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਇਤਿਹਾਸ ਦੇ ਅਨਫੋਲਡਡ ਪੰਨੇ ਖੋਲਣ ਵਾਸਤੇ ਰਣਜੀਤ ਸਿੰਘ ਨਗਾਰਾ ਦੀ ਮੀਡੀਆ ਟੀਮ ਕਵਰੇਜ ਦੀ ਤਰਫੋਂ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ ਆਪਣਾ ਮਿਸ਼ਨ ਅਸਲ ਵਿੱਚ ਕੀ ਹੈ ਪੰਜਾਬੀ ਹੈਰੀਟੇਜ ਨੂੰ ਐਕਸਪਲੋਰ ਕਰਕੇ ਫਿਰ ਉਸ ਤੋਂ ਬਾਅਦ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਕਿ ਸਾਡਾ ਇਤਿਹਾਸ ਕੀ ਸੀ ਸਾਡਾ ਸਾਡੀ ਤਵਾਰਿਖ ਕੀ ਸੀ ਕਿ ਅਸੀਂ ਅੱਜ ਅਮਰੀਕਾ ਕੈਨੇਡਾ ਪਾਕਿਸਤਾਨ ਭਾਰਤ ਕੈਨੇਡਾ ਮਲੇਸ਼ੀਆ ਨਿਊਜ਼ੀਲੈਂਡ ਸਾਰੇ ਕੰਟਰੀਆਂ ਚ ਬੈਠੇ ਹੋਏ ਪੰਜਾਬੀ ਜਿਹੜੇ ਨੇ ਉਹਨਾਂ ਦੇ ਬੱਚਿਆਂ ਨੂੰ ਇਹ ਜਾਗਰੂਕ ਕਰਨੀ ਕਿ ਪੰਜਾਬ ਜਿਹੜੀ ਧਰਤੀ ਹੈ ਉਹਦੇ ਉੱਤੇ ਜਿਹੜੇ ਪੁਰਾਣੇ ਆਰਕੀਟੈਕਚਰ ਨੇ ਜਾਂ ਗੁਰੂ ਘਰ ਨੇ ਉਹਨਾਂ ਦੇ ਅੰਦਰ ਜਦੋਂ ਇਲੈਕਟ੍ਰਿਸਿਟੀ ਨਹੀਂ ਸੀ ਹੁੰਦੀ ਬਿਜਲੀ ਨਹੀਂ ਸੀ ਹੁੰਦੀ ਤੇ ਉਸ ਵੇਲੇ ਲਾਈਟ ਦੇ ਸੋਰਸ ਜਿਹੜੇ ਨੇ ਆਹ ਦੀਵੇ ਹੁੰਦੇ ਸੀ ਅੱਜ ਜੋਤ ਜਗਾਣ ਦੀਆਂ ਜਗ੍ਹਾ ਹੁੰਦੀਆਂ ਸਨ ਕਿ ਗੁਰੂ ਘਰ ਦੇ ਵਿੱਚ ਲਗਭਗ ਕੋਈ 64 ਜਗ੍ਹਾ ਦੇ ਉੱਤੇ ਦੀਵੇ ਰੱਖਣ ਦੀਆਂ ਥਾਵਾਂ ਜੜੀਆਂ ਨੇ ਉਹ ਮੌਜੂਦ ਨੇ ਤਾਂ ਕਿ ਜਿਹੜੀ ਸਾਡੇ ਹੁਣ ਨੌਜਵਾਨ ਪੀੜ੍ਹੀ ਹੈ ਜਿਹੜੇ ਬੱਚੇ ਨੇ ਜਿਹੜੀ ਜਿਨ੍ਹਾਂ ਦੇ ਅੰਦਰ ਇੱਕ ਖੋਜ ਦਾ ਮਨ ਚ ਪੈਦਾ ਹੋ ਰਿਹਾ ਹੈ ਕਿ ਵੀ ਆਪਾਂ ਜਿੱਦਾਂ ਜਿੱਦਾਂ ਵੱਡੇ ਹੋ ਰਹੇ ਨੇ ਬੱਚੇ ਤੇ ਉਹ ਬਹੁਤ ਕੁਝ ਸੋਚਦੇ ਨੇ ਕਿ ਕੀ ਗੁਰੂ ਘਰ ਇਦਾਂ ਹੀ ਮਾਰਬਲ ਚੜੇ ਹੋਏ ਸਨ ਗੁਰੂ ਘਰ ਇੰਨੇ ਲਗਜ਼ਰੀਸ ਸਨ ਔਰ 에어 ਕੰਡੀਸ਼ਨ ਲੱਗੇ ਹੋਏ ਸਨ ਇਦਾਂ ਸੀ ਜਾਂ ਬਹੁਤ ਵੱਡੇ ਵੱਡੇ ਮਹਿਲ ਟਾਈਪ ਹੁੰਦੇ ਸੀ ਤਾਂ ਉਹਦਾ ਜਵਾਬ ਇਹ ਕਿ ਨਹੀਂ ਇਹ ਗੁਰੂ ਘਰ ਜਿਹੜੇ ਹੁੰਦੇ ਸੀ ਬਹੁਤ ਹੀ ਸਾਦਾ ਬਿਲਡਿੰਗਸ ਹੁੰਦੀਆਂ ਸਨ ਪੱਖਿਆਂ ਦੀ ਜਗ੍ਹਾ ਵੈਂਟੀਲੇਸ਼ਨਸ ਦਾ ਸਿਸਟਮ 크როს ਵੈਂਟੀਲੇਸ਼ਨ ਦਾ ਸਿਸਟਮ ਲਾਈਟ ਦਾ ਸਿਸਟਮ ਜਿਹੜੀਆਂ ਪੌੜੀਆਂ ਸਨ ਸਟੇਅਰਸ ਹਨ ਉਹਨਾਂ ਦੇ ਚੜਨ ਤੋਂ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ ਕਿ ਕਿੱਥੋਂ ਕਿੱਥੋਂ ਲੋ ਜੜੀ ਆ ਕੰਮ ਕਰ ਸਕਦੀ ਹੈ ਉਹ ਸ਼ਾਮ ਹੁੰਦਿਆਂ ਹੀ ਇਹ ਜੋਤਾਂ ਜੜੀਆਂ ਸੀ ਉਹ ਜਗ ਜਾਂਦੀਆਂ ਸਨ ਔਰ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਅੱਜ ਵੀ ਇੱਕ ਕਹਿ ਲੋ ਤੁਸੀਂ ਕਿ ਪੰਜਾਬ ਦੇ ਵਿੱਚ ਸੂਫੀ ਸੈਂਟਸ ਜਿੰਨੇ ਵੀ ਨੇ ਉਹਨਾਂ ਦੀਆਂ ਦਰਗਾਹਾਂ ਦੇ ਉੱਤੇ ਉਹਨਾਂ ਦੇ ਮਜ਼ਾਰਾਂ ਦੇ ਉੱਤੇ ਇਹ ਦੀਵੇ ਜਿਹੜੇ ਨੇ ਬਲਦੇ ਨੇ ਕੀ ਕਿਹਾ ਕਿਸੇ ਕਿਸੇ ਫਕੀਰ ਆਦਮੀ ਦੀ ਲਿਖਤ ਹੈ ਬਹੁਤ ਹੀ ਪਿਆਰੀ ਗੱਲ ਕਹੀ ਹੈ ਕਿ ਨਾ ਅਮੀਰਾਂ ਦੇ ਤੇ ਨਾ ਹੀ ਵਜ਼ੀਰਾਂ ਦੇ ਨਾ ਅਮੀਰਾਂ ਦੇ ਨਾ ਹੀ ਵਜ਼ੀਰਾਂ ਦੇ ਦੀਵੇ ਬਲਨ ਹਮੇਸ਼ਾ ਫਕੀਰਾਂ ਦੇ ਕਿ ਜਿਹੜੇ ਸਾਧੂ ਸੰਤ ਫਕੀਰ ਨੇ ਉਹਨਾਂ ਦੀਆਂ ਕੁਲੀਆਂ ਤੇ ਦਰਗਾਹਾਂ ਤੇ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਮਜ਼ਾਰਾਤ ਦੇ ਉੱਤੇ ਉਹਨਾਂ ਦੀਆਂ ਢੇਰੀਆਂ ਦੇ ਉੱਤੇ ਅੱਜ ਵੀ ਦੀਵੇ ਬਲਦੇ ਨੇ ਕਈ ਸੋ ਬਾਦਸ਼ਾਹ ਗੁਜ਼ਰ ਗਏ ਜਿਨ੍ਹਾਂ ਦੇ ਕੋਈ ਦੀਵਾ ਬੱਤੀ ਬਾਲਣ ਵਾਲਾ ਵੀ ਉਹਨਾਂ ਦੀਆਂ ਦਰਗਾਹਾਂ ਤੇ ਜਾਂ ਕਿਸੇ ਜਗ੍ਹਾ ਦੇ ਉੱਤੇ ਉਹ ਮੌਜੂਦ ਨਹੀਂ ਹੈ ਉਹ ਅਜਾੜ ਪਈਆਂ ਹੋਈਆਂ ਨੇ ਉਹ ਬੀਆ ਬਾੜ ਪਈਆਂ ਹੋਈਆਂ ਨੇ ਪਰ ਰੱਬ ਦੇ ਬੰਦੇ ਜਿਹੜੇ ਸੂਫੀ ਸੈਂਟਸ ਨੇ ਉਹਨਾਂ ਦੇ ਦੀਵੇ 500 ਸਾਲ 700 ਸਾਲ ਤੋ ਜਲ ਰਹੇ ਨੇ ਜਿਸ ਤਰ੍ਹਾਂ ਕਿ ਬਾਬਾ ਗੁਰਨਾਨਕ ਸਾਹਿਬ ਦੇ ਜਨਮ ਸਥਾਨ ਤੇ ਜਾਓ ਤੇ ਉੱਥੇ ਦੇਸੀ ਘਿਓ ਦਾ ਦੀਵਾ ਜਿਹੜਾ 24 ਘੰਟੇ ਜਿਹੜਾ ਉਹ ਜੋਤ ਜਲਦੀ ਰਹਿੰਦੀ ਹੈ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਉੱਤੇ ਵੀ ਜੋਤੀ ਜਿਹੜੀ ਹੈ ਉਹ ਜੋਤ ਜਿਹੜੀ ਹੈ ਉਹ ਜਲਦੀ ਰਹਿੰਦੀ ਹੈ ਇਸੇ ਤਰ੍ਹਾਂ ਹੋਰ ਬਹੁਤ ਜ਼ਿਆਦਾ ਸਾਰੇ ਗੁਰੂ ਘਰ ਨੇ ਜਿੱਥੇ ਕਿ ਜੋਤ ਕਦੀ ਨਹੀਂ ਬੁਝਦੀ ਹਰ ਵਕਤ ਜਲਦੀ ਰਹਿੰਦੀ ਹੈ ਤੇ ਉਸੇ ਗੱਲ ਨੂੰ ਲੈ ਕੇ ਹੀ ਜਿਹੜਾ ਮਤਲਬ ਸ਼ਾਇਰ ਨੇ ਕਿਹਾ ਸੀ ਕਿ ਨਾਮ ਵੀਰਾਂ ਦੇ ਤੇ ਨਾ ਹੀ ਵਜ਼ੀਰਾਂ ਦੇ ਦੀਵੇ ਬਲਣ ਹਮੇਸ਼ਾ ਫਕੀਰਾਂ ਦੇ ਤੇ ਸੋ ਉਸ ਗੱਲ ਨੂੰ ਲੈ ਕੇ ਆਏ ਸੀ ਕਿ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਰੀਸਟੋਰ ਕੀਤਾ ਜਾਏਗਾ ਤੇ ਜਦੋਂ ਵੀ ਦੀਵਾਲੀ ਆਏਗੀ ਕੋਈ ਵੀ ਗੁਰੂ ਪੁਰਬ ਆਏ ਕਰੇਗਾ ਤੇ ਆਪਾਂ ਪ੍ਰਾਤਨਤਾ ਜਿਹੜੀ ਹੈ ਉਹਨੂੰ ਜ਼ਿੰਦਾ ਰੱਖਾਂਗੇ ਹੋਰ ਕੋਸ਼ਿਸ਼ ਕਰਾਂਗੇ ਕਿ ਇੱਥੇ ਇਸੇ ਤਰ੍ਹਾਂ ਹੀ ਇਹ ਦੀਵੇ ਬਲਦੇ ਰਹਿਣ ਔਰ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਪਿਛੋਕੜ ਕੀ ਸੀ ਪੰਜਾਬ ਦੀ ਪੰਜਾਬੀਅਤ ਦੀ ਜਿਹੜੀ ਸਾਡੀ ਇੱਕ ਰਹਿਤ ਸੀ ਉਹ ਕਿੱਦਾਂ ਦੀ ਸੀ ਔਰ ਅਸੀਂ ਲੋਕ ਕੀ ਕੀ ਕਰਦੇ ਰਹੇ ਹਾਂ ਆਪਣੇ ਮਤਲਬ ਕਿ ਪੁਰਾਣੇ ਦੌਰ ਦੇ ਵਿੱਚ ਜਦੋਂ ਕਿ ਇਲੈਕਟ੍ਰਿਕ ਸਿਟੀ ਨਹੀਂ ਸੀ ਹੈਗੀ ਬਿਜਲੀ ਨਹੀਂ ਸੀ ਹੈਗੀ ਤਾਂ ਰੱਗੇ-ਰੱਗੇ ਚੱਲਦੇ ਹਾਂ ਤੁਹਾਨੂੰ ਅਸੀਂ ਮਜ਼ੀਦ ਦਿਖਾਣੇ ਆ ਕਿ ਕਿਸ-ਕਿਸ ਤਰੀਕੇ ਨਾਲ ਜੋਤ ਜਿਹੜੀ ਹੈ ਕਿੱਥੇ-ਕਿੱਥੇ ਜਲਦੀ ਹੁੰਦੀ ਸੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ और रंजीत निगारा यू एस ए नॉन प्रॉफिट ऑर्गनाइजेशन फ्रॉम यू एस ए और मैं हाँ थोड़ा अपना होस्ट शाहिद शबीर बाबा जी स्टेट ट्यून और देखते दे रहो सबसक्राइब करो रंजीत निगारा हाँ जी जी असं इस वे पहुँच चुके हैं थर्ड फ्लोर के थर्ड फ्लोर के उत्ते आओ तो काफ़ी नेेरा जहा लगता है और उसू दूर वास्ते left to right ਜੋਤਾਂ ਜਗਨ ਦੀ ਜਗਾ ਜਿਹੜੀ ਹੈ ਉਹ ਦੇਖੋ ਤੁਸੀਂ ਕਿੰਨੀ ਖੂਬਸੂਰਤ ਹੈ ਉਹ ਬਿਲਕੁਲ ਪੁਰਾਤਨ ਹੈ ਉਹ ਹੀ 200 ਸਾਲ ਪੁਰਾਣਾ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਤਹਿਤ ਜਿਹੜੀਆਂ ਤੁਸੀਂ ਪੁਰਾਣੀਆਂ ਰਾਜਿਆਂ ਮਹਾਰਾਜਿਆਂ ਦੀਆਂ ਜਿਹੜੀਆਂ ਬਿਲਡਿੰਗਾਂ ਦੇਖਦੇ ਸੀ ਉਹਨਾਂ ਦੇ ਅੰਦਰ ਜਿਹੜੀ ਜੋਤ ਜਗਨ ਦੀ ਜਗਾ ਹੁੰਦੀ ਸੀ ਸੇਮ ਇਸ ਗੁਰੂ ਘਰ ਦੇ ਵਿੱਚ ਵੀ ਉਸੇ ਆਰਕੀਟੈਕਚਰ ਨੂੰ ਰਿਪੀਟ ਕਰਕੇ ਉਹਦੀ ਨਾਲ ਹੀ ਇੱਕ ਖੂਬਸੂਰਤੀ ਜਿਹੜੀ ਹੈ ਅੱਜ ਵੀ ਜਿਹੜੀ ਹੈ ਉਹਦੇ ਚ ਬਾਕੀ ਹੈ ਔਰ ਇਹ ਮੇਰਾ ਨਹੀਂ ਖਿਆਲ ਹੈ ਕਿ ਇਹਦਾ ਇਕਬਾਲ ਵੀ ਬਿਕਾ ਹੋਇਆ ਹੋਵੇ ਪੂਰੀ ਬਿਲਡਿੰਗ ਦੇ ਵਿੱਚ ਅਗਰ ਕੋਈ ਚੀਜ਼ ਜਿਹੜੀ ਹੈ ਉਹ ਇਤਨਾ ਲੱਗਦਾ ਕਿ ਅੱਜ ਵੀ ਅਨ ਟੱਚ ਹੈ ਤੇ ਉਹ ਇਹ ਜੋਤੀ ਜੋ ਜਗਾਂਡ ਦੀ ਜਿਹੜੀ ਹੈ ਉਹ ਜਗ੍ਹਾ ਜੀ ਪਲੀਜ਼ ਦਿਖਾਓ ਜੀ ਜਰਾ ਹਾਂਜੀ ਆ ਦੇਖੋ ਤੁਸੀਂ ਨੇੜੇ ਹੋ ਕੇ ਕਿੰਨਾ ਸੋਹਣਾ ਔਰ ਕਿੰਨਾ ਪਿਆਰਾ ਲੱਗਦਾ ਹੈ ਜਿਹੜਾ ਇਤਿਹਾਸ ਹੈ ਉਹ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਇੰਨਾ ਚੀਜ਼ਾਂ ਦੇ ਨਾਲ ਹੀ ਜਾਣਿਆ ਜਾਂਦਾ ਆ ਆ ਦੇਖੋ ਤੁਸੀਂ ਕਿੰਨਾ ਵਧੀਆ ਲੱਗਦਾ ਹੈ ਜੀ ਆਓ ਚੱਲਦੇ ਹਾਂ ਅੰਦਰ ਤੇ ਫਿਰ ਹੋਰ ਤੁਹਾਨੂੰ ਦਿਖਾਣੇ ਹਾਂ ਕਿ ਕਿੱਥੇ-ਕਿੱਥੇ ਜੋਤ ਜਿਹੜੀ ਹੈ ਉਹ ਜਗਦੀ ਸੀ ਜੀ ਜੀ ਬਿਲਕੁਲ ਅਸੀਂ ਐਸ ਵਾਲੇ ਪਹੁੰਚ ਗਏ ਅੰਦਰ ਵਾਲੀ ਸਾਈਡ ਤੇ ਤੁਸੀਂ ਦੇਖ ਲਓ ਕਿ ਆ ਮੇਰੇ ਲੈਫਟ ਔਰ ਰਾਈਟ ਜਿਹੜੇ ਨੇ ਦੋਹਾਂ ਪਾਸੇ ਜੋਤਸ ਜਿਹੜੀਆਂ ਨੇ ਉਹ ਜਲ ਰਹੀਆਂ ਨੇ ਉਹ ਹੀ ਗੱਲ ਹੈ ਕਿ ਨਾ ਅਮੀਰਾਂ ਦੇ ਤੇ ਨਾ ਹੀ ਵਜ਼ੀਰਾਂ ਦੇ ਦੀਵੇ ਬਲਣ ਹਮੇਸ਼ ਫਕੀਰਾਂ ਦੇ ਤੇ ਮੇਰੇ ਮਨ ਨੂੰ ਆ ਬਹੁਤ ਗੱਲ ਟੱਚ ਕਰਦੀ ਸੀ ਹੁਣ ਅੱਜ ਇਹ ਗੱਲ ਮਨ ਸਮਝ ਆਂਦੀ ਹੈ ਕਿ ਕਿਉਂ ਇਹ ਗੱਲ ਕਹੀ ਜਾਂਦੀ ਸੀ ਕਿ ਚਲੋ 73 ਸਾਲ ਤੱਕ ਬੰਦ ਰਹਿਣ ਵਾਲੇ ਗੁਰੂ ਘਰ ਦੇ ਵਿੱਚ ਅੱਜ ਦੁਬਾਰਾ ਤੋਂ ਜਦੋਂ ਜੋਤ ਚੱਲ ਰਹੀ ਹੈ ਤਾਂ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਕਿਸੇ ਯੂਸੂਫੀ ਸੰਤ ਦੇ ਦਰ ਦੇਤੇ ਆਇਆ ਹਾਂ ਵਾ ਔਰ ਦੁਬਾਰਾ ਤੋਂ ਉੱਥੇ ਦੀਵਾ ਬੱਤੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂ ਹੋ ਗਈ ਹੋਵੇ ਔਰ ਮੰਨਤਾ ਜਿਹੜੀ ਹੈ ਦੁਬਾਰਾ ਤੋਂ ਉਸ ਜਗ੍ਹਾ ਦੀ ਸ਼ੁਰੂ ਹੋ ਗਈ ਹੋਵੇ ਔਰ ਇੱਕ ਫੀਲਿੰਗ ਇੱਕ ਟੱਚ ਜਿਹਾ ਆਉਂਦਾ ਵਾ ਕਿ ਜਿੱਦਾਂ ਕਦੀ ਆਪਾਂ ਰਾਤ ਨੂੰ ਇੱਥੇ ਆ ਕੇ ਪ੍ਰੋਗਰਾਮ ਕਰਾਂਗੇ ਕਿ ਰਾਤ ਨੂੰ ਇੱਥੇ ਰਹਿ ਕੇ ਕੀ ਫੀਲਿੰਗ ਆਉਂਦੀ ਹੈ ਔਰ ਜਦੋਂ ਪੂਰੇ ਦੀਵੇ ਜਲਣਗੇ ਉਸ ਵੇਲੇ ਬਿਲਡਿੰਗ ਦੀ ਕੀ ਬਿਊਟੀ ਨਿਕਲਦੀ ਸੀ ਆਪਾਂ ਕਿਸੇ ਦਿਨ ਤੁਹਾਨੂੰ ਉਹ ਵੀ ਦਿਖਾਵਾਂਗੇ ਆਮ ਰੀਅਲੀ ਵੈਰੀ ਇਮੋਸ਼ਨਲ ਮੈਨੂੰ ਬਹੁਤ ਜਜ਼ਬਾਤੀ ਜਿਹਾ ਮੈਂ ਇਸ ਵੇਲੇ ਹਾਂ ਕਿ ਮੈਨੂੰ ਇੰਜ ਲੱਗ ਰਿਹਾ ਜਿਦਾਂ ਕਿ ਮੈਂ 200 ਸਾਲ ਪੁਰਾਣੇ ਇਤਿਹਾਸ ਦੇ ਵਿੱਚ ਜਾ ਚੁੱਕਿਆ ਸਟੇ ਟੂ ਟਿਊਨ ਡਾਇਲ ਕਰਕੇ ਰੱਖੋ ਰਣਜੀਤ ਨਿਗਾਰਾ ਨੂੰ ਸਬਸਕ੍ਰਾਈਬ ਕਰੋ ਔਰ ਅਗਰ ਤੁਸੀਂ ਵੀ ਚਾਹੁੰਦੇ ਹੋ ਰੰਜੀਤ ਨਗਾਰਾ ਦੀ ਟੀਮ ਦਾ ਹਿੱਸਾ ਬੰਨਾ ਜਾਂ ਤੁਸੀਂ ਕੋਈ ਫੰਡਿੰਗ ਕਰਨਾ ਚਾਹੁੰਦੇ ਹੋ ਰੰਜੀਤ ਨਗਾਰਾ ਨੂੰ ਕਿਸੇ ਵੀ ਗੁਰੂ ਘਰ ਵਾਸਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੇਵਾਗੇ ਮਿਲਦੀਆਂ ਜਾਵਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਲੈਫਟ ਰਾਈਟ ਜਿਉਂ ਤਾਂ ਚੱਲ ਰਹੀਆਂ ਨੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਪੁਰਾਤਨ ਤਾਂ ਜਿਹੜੀ ਹੈ ਇੱਕ ਤਵਾਰੀਖ ਜਿਹੜੀ ਹੈ ਮੈਨੂੰ ਦੁਬਾਰਾ ਤੋਂ ਯਾਦ ਆ ਰਹੀ ਹੈ ਔਰ ਅਫਾ ਤਵਾਰੀਖ ਨੂੰ ਰਿਪੀਟ ਹੁੰਦੇ ਦੇਖ ਰਹੇ ਹਾਂ ਕਹਿੰਦੇ ਆ ਕਿ ਹਿਸਟਰੀ ਰਿਪੀਟਸ ਹਿਮਸੈਲਫ ਉਹ ਵਕਤ ਦੂਰ ਨਹੀਂ ਹੈਗਾ ਜਦੋਂ ਇੰਨਾ ਗੁਰੂ ਘਰਾਂ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਪੁਰਾਤਨਤਾ ਜ਼ਿੰਦਾ ਹੋਏਗੀ ਔਰ ਇੱਥੇ ਲੋਕ ਆਉਣਗੇ ਹਮ ਹਮਾ ਕੇ ਔਰ ਜਿੱਦਾਂ ਮੁਸਲਮ ਦਰਗਾਹਾਂ ਦੇ ਉੱਤੇ ਮਜ਼ਾਰਾਂ ਦੇ ਉੱਤੇ ਜੁਮੇਰਤ ਦੀ ਜੁਮੇਰਤ ਜਿਹੜੀਆਂ ਸ਼ਾਮ ਨੂੰ ਦਰਗਾਹਾਂ ਦੇ ਉੱਤੇ ਦੀਵਾ ਬੱਤੀ ਜਗਦੀ ਆ ਔਰ ਬਹੁਤ ਹੀ ਇੱਕ ਪਿਆਰਾ ਜਿਹਾ ਵਿਊ ਲੱਗਦਾ ਹੁਣ ਜਿੱਦਾਂ ਬਿਲਕੁਲ ਚਾਰੋਂ ਪਾਸੇ ਕੋਈ ਆਬਾਦੀ ਨਹੀਂ ਹੈਗੀ ਇਹ ਸੁੰਸਾਨ ਜਗ੍ਹਾ ਚਾਰੋਂ ਪਾਸੇ ਤੇ ਦਰਮਿਆਨ ਦੇ ਵਿੱਚ ਜਦੋਂ ਇੰਨਾ ਗੁਰੂ ਘਰਾਂ ਦੇ ਵਿੱਚ ਸ਼ਾਮ ਦਾ ਟਾਈਮ ਜੋਤ ਜਗੇ ਕਰੇਗੀ ਜਿਸ ਵੇਲੇ ਵੀ ਕੋਈ ਗੁਰਪੁਰਬ ਹੋਏਗਾ ਜਾਂ ਦੀਵਾਲੀ ਹੋਏਗੀ ਤੇ ਉਹ ਤਾਂ ਕਿੰਨਾ ਪਿਆਰਾ 뷰 ਆਏਗਾ ਅਸੀਂ ਸਿਰਫ ਉਸ ਚੀਜ਼ ਨੂੰ ਜਾਗਰ ਕਰਨ ਵਾਸਤੇ ਹੋ ਰਾਜ ਦੀ ਨਵੀਂ ਪੀੜੀ ਨੂੰ ਦੱਸਣ ਵਾਸਤੇ ਕਿ ਗੁਰੂ ਘਰ ਜਿਹੜੇ ਪ੍ਰਾਤਨ ਹੁੰਦੇ ਸੀ 200 ਸਾਲ ਪਹਿਲੇ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਵੀ ਪਹਿਲੇ ਜਿਹੜੇ ਗੁਰੂ ਘਰ ਬਣਦੇ ਸਨ ਜਾਂ ਉਹਨਾਂ ਦੇ ਦੌਰ ਚ ਬਣੇ ਜਾਂ ਬਾਅਦ ਦੇ ਵਿੱਚ ਬਣੇ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਲਾਈਟ ਦਾ ਜਿਹੜਾ ਬੰਦੋਬਸਤ ਹੈ ਉਹ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਉਸ ਵੇਲੇ ਚਰਾਗ ਬੱਤੀ ਕਿਦਾਂ ਕੀਤੀ ਜਾਂਦੀ ਸੀ ਜੋਤ ਕਿਵੇਂ ਜਗਾਈ ਜਾਂਦੀ ਸੀ ਉਹ ਵਾਲਾ ਕਿ ਅਸੀਂ ਸਟੇਜ ਦੇ ਵਿੱਚ ਖਲੋਤੇ ਹੋਏ ਹਾਂ ਕਿ ਸ਼ਾਮ ਨੂੰ ਕੋਈ ਬੰਦਾ ਅਗਰ ਉੱਤੇ ਆ ਰਿਹਾ ਗੁਰੂ ਘਰ ਦੇ ਤੇ ਉਹਨੂੰ ਰਸਤਾ ਦੇਖਣ ਦੇ ਵਿੱਚ ਆ ਦੀਵੇ ਹੀ ਉਸ ਵੇਲੇ ਅਸੀਂ ਇਹ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਚੱਲੀਏ ਥੋੜਾ ਜਿਹਾ ਕਰੀਬ ਲੈ ਕੇ ਆਓ ਜੀ ਇਹ ਉਹੀ ਜੋਤਾਂ ਨੇ ਜਿਹੜੀਆਂ ਕਿ ਪ੍ਰੀ ਪਾਰਟੀਸ਼ਨ ਜਗਦੀਆਂ ਸਨ ਉਹ ਸਾਡੀ ਜਿਹੜੀ ਸਰਵੇ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਫਾਊਂਡ ਕੀਤਾ ਹੈ ਕੁਝ ਦਿਨ ਪਹਿਲੇ ਹੀ ਜਿਹੜੀ ਸਾਡੀ ਕਹ ਲੋ ਤੁਸੀਂ ਕਿ ਐਸਕਿਵੇਸ਼ਨ ਕਰ ਰਹੇ ਸੀ ਗੁਰੂ ਘਰ ਦੀਆਂ origignal ਬੁਨਿਆਦਾਂ ਲੱਭਦੇ ਹੋਏ ਇਹਨਾਂ ਨੂੰ ਕਾਫੀ ਜ਼ਿਆਦਾ ਸਰੀਆਂ ਜਿਹੜੀਆਂ ਜੋਤਾਂ ਨੇ ਇਹ ਬਹੁਤ ਹੀ bari ਕਿਸਮ ਦੀ ਜੋਤ ਹੈ ਜੀ ਸਪੈਸ਼ਲ ਜੋਤ ਹੈ ਜਿਹੜੀ ਕਿ ਬਣਾਈ ਗਈ ਹੈ ਔਰ ਟ੍ਰਾਈਐਂਗਲ ਤਿੰਨ ਕੋਨੀ ਜੋਤ ਹੈ ਗੋਲ ਦੀਵੇ ਨਹੀਂ ਹੈਗੇ ਮੈਂ ਤੁਹਾਨੂੰ ਹੱਥ ਚ ਫੜ ਕੇ ਵੀ ਦਿਖਾ ਸਕਦਾ ਮਾਂ ਆਹ ਦੇਖੋ ਤੁਸੀਂ ਆ ਪ੍ਰਾਣੀ ਜੋਤ ਹੈ ਬਹੁਤ ਡਿਫਰੈਂਟ ਕਿਸਮ ਦੇ ਸਟਾਈਲ ਦੀ ਹੈ ਔਰ ਐਨੋਸੀ ਆਪਾਂ ਲਾਹੌਰੀ ਜ਼ੁਬਾਨ ਚ ਕਹਿੰਦਾ ਮਾਜੀ ਦੇ ਵਿੱਚ ਕਹਿੰਨੇ ਆ ਕਾਗਜ਼ੀ ਦੀਵੇ ਇਹ ਕਾਗਜ਼ੀ ਦੀਵੇ ਨੇ ਜੀ ਔਰ ਬਹੁਤ ਹੀ ਵਧੀਆ ਲੱਗਦੇ ਨੇ ਜੀ ਇਹਨਾਂ ਦੀ ਬਨਾਵਟ ਜਿਹੜੀ ਹੈ ਬਿਲਕੁਲ ਯੂਨੀਕ ਹੈ ਔਰ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਮੰਟਿਕਾ ਯੂਐਸਏ ਤੋਂ ਸਟੇਟ ਟੂ ਟਿਊਨ ਰਣਜੀਤ ਨਿਗਾਰਾ ਪਲੀਜ਼ ਵੀ ਨੀਡ ਯੂਰ سپورਟ ਸਾਡੀ ਟੀਮ ਨੂੰ ਤੁਹਾਡੀ ਹੈਲਪ ਦੀ ਲੋੜ ਹੈ ਜਿੱਦਾਂ ਜਿੱਦਾਂ ਤੁਸੀਂ ਹੈਲਪ ਕਰੋਗੇ ਓਵੇਂ ਓਵੇਂ ਇਹ ਜਿਹੜੀ ਸਾਡੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਉਹ ਅੱਗੇ ਅੱਗੇ ਵਧੇਗੀ ਔਰ ਨਵੇਂ ਗੁਰੂ ਘਰਾਂ ਦੀ ਸੇਵਾ ਲਏਗੀ ਔਰ ਜਿਹੜੀ ਮਤਲਬ ਕਿ ਪਿਆਰੀ ਗੁਰੂ ਪਿਆਰੀ ਸੰਗਤ ਜਿਹੜੀ ਹੈ ਪੂਰੇ ਵਰਲਡ ਦੇ ਵਿੱਚ ਸੁਭਾਸ਼ ਸ਼ਾਮ ਅਰਦਾਸ ਕਰਦੀ ਹੈ ਕਿ ਸੇਵਾ ਬਖਸ਼ੀ ਜਾਵੇ ਮਤਲਬ ਕਿ ਸਿੰਘਾਂ ਨੂੰ ਸਰਦਾਰਾਂ ਨੂੰ ਉਹਨਾਂ ਗੁਰਦੁਆਰਾਂ ਦੀ ਜਿਨ੍ਹਾਂ ਦੇ ਉੱਤੇ ਸੇਵਾ ਨਹੀਂ ਹੋ ਰਹੀ ਜਾਂ ਮਤਲਬ ਕਿ ਦੇਖ ਰੱਖ ਨਹੀਂ ਹੋ ਰਹੀ ਉਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਸੇਵਾ ਬਖਸ਼ੀ ਜਾਵੇ ਤੇ ਉਹ ਸੇਵਾ ਜਿਹੜੀ ਹੈ ਹੁਣ ਖੁਆਪੂਰਾ ਹੋ ਰਿਹਾ ਹੈ ਰਣਜੀਤ ਨਿਗਾਰਾ ਦੀ ਇੱਕ ਸੂਰਤ ਦੇ ਵਿੱਚ ਸੋ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਦਿ ਪੇਜ ਆਫ ਰਣਜੀਤ ਨਿਗਾਰਾ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਜਵੇਦ